ਹਾਂਜੀ, ਅਨੀਤਾ ਰਾਣਾ ਜੀ ਜੋ ਅੱਜ ਕਲਸ਼ ਲਿਆਂਦੇ ਗਏ ਨੇ, ਜੋ ਅਯੋਧਿਆ ਤੋਂ ਅਕਸ਼ਿਤ ਕਲਸ਼ ਦੇ ਰਾਹੀਂ ਆਏ ਨੇ, ਸੋ ਅੱਜ ਤੁਸੀਂ ਇਹ ਕ੍ਰਿਸ਼ਨਾ ਮੰਡੀ 'ਚੋਂ ਲੈ ਕੇ ਆਏ ਹੋ, ਸੋ ਕੀ ਕਹੋਗੇ? ਹਾਂਜੀ, ਇਹ ਕਲਸ਼ ਵੈਸੇ ਤਾਂ
ਇਹ 24 ਤਰੀਕ ਨੂੰ ਲੈ ਗਏ ਸੀ ਸਾਰੇ ਮੰਦਰਾਂ ਵਾਲੇ, ਅਸੀਂ ਸੀ ਬ੍ਰਿੰਦਾਵਨ, ਬ੍ਰਿੰਦਾਵਨ ਕਰਕੇ ਸਾਡਾ ਕਲਸ਼ ਲੇਟ ਹੋ ਗਿਆ। ਅਸੀਂ ਅੱਜ ਕ੍ਰਿਸ਼ਨਾ ਮੰਡੀ ਤੋਂ ਮੰਦਰ ਤੋਂ ਕਲਸ਼ ਲੈ ਕੇ ਢੋਲ ਨਾਲ ਬੜੇ ਧੂਮਧਾਮ ਨਾਲ ਲੈ ਕੇ ਆਏ, ਕਿਉਂਕਿ ਅਸੀਂ ਆਪਣੇ ਰਾਮ ਜੀ ਦੇ ਅੱਗੇ ਅਸੀਂ ਵੀ ਸਥਾਪਿਤ ਕਰਨਾ ਸੀ, ਕਿਉਂਕਿ ਜੋ ਰਾਮ ਚੰਦਰ ਜੀ ਹੈ ਬਹੁਤ ਦੇਰ ਬਾਅਦ ਉਹ ਆਪਣੇ ਮੰਦਰ ਵਿੱਚ ਵਿਰਾਜਮਾਨ ਹੋਣ ਜਾ ਰਹੇ ਹੈ। ਪਹਿਲਾਂ ਤੰਬੂ 'ਚ ਰਹੇ ਹੈ, ਫਿਰ ਥੋੜ੍ਹਾ ਜਿਹਾ ਮੰਦਰ ਵੀ ਬਣਿਆ, ਪਰ ਹੁਣ ਜਿਹੜਾ ਸਾਡਾ ਮੰਦਰ ਪੂਰਾ ਹੋ ਗਿਆ, ਇਸ ਕਰਕੇ ਉਸ ਖੁਸ਼ੀ ਵਿੱਚ ਅਸੀਂ ਇੱਕ ਕਲਸ਼ ਦੀ ਸ਼ੋਭਾ ਯਾਤਰਾ ਵੀ ਕੱਢਣੀ 20 ਤਰੀਕ ਨੂੰ। ਇਹ ਖਾਟੂ ਸ਼ਾਮ ਜੀ ਲਾਲਾ ਸਰਬ ਜਾਂਦਾ ਦਰਬਾਰ ਲਾਲਾਣਾ ਪੀਰ, ਔਰ ਇਹਦੇ ਨਾਲ ਹੀ ਮੰਦਰ ਬਣਿਆ। ਮੰਦਰ ਦੇ ਨਾਲ ਇੱਕ ਖਾਟੂ ਸ਼ਾਮ ਜੀ ਦਾ ਮੰਦਰ ਬਣ ਰਿਹਾ, ਕਿਉਂਕਿ ਉਹਦਾ ਥੋੜ੍ਹਾ ਜਿਹਾ ਕੰਮ ਅਧੂਰਾ ਹੈ। ਮੈਂ ਇਹ ਵੀ ਪਬਲਿਕ ਅੱਗੇ ਅਰਦਾਸ ਕਰਦੀ ਹਾਂ, ਕਿਉਂਕਿ ਜੋ ਵੱਧ ਚੜ੍ਹ ਕੇ ਦਾਨ ਦੇ ਸਕਦਾ, ਇੱਕ ਤੈਲਾ, ਦੋ ਤੈਲਾ, ਤਿੰਨ ਤੈਲਾ, ਸਭ ਵੱਧ ਚੜ੍ਹ ਕੇ ਹਿੱਸਾ ਪਾਉਣ, ਕਿਉਂਕਿ ਇਹ ਮੰਦਰ ਪੂਰਾ ਹੋਵੇ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਹਾਂਜੀ, ਤੁਸੀਂ ਵੀ ਵਰਿੰਦਾਵਨ ਨਾਲ ਹੀ ਗਏ ਸੀਗੇ? ਨਹੀਂ ਜੀ, ਮੈਂ ਵਰਿੰਦਾਵਨ ਨਾਲ ਨਹੀਂ ਗਈ ਸੀਗੀ, ਮੈਂ ਯਹੀਂ ਤੇ। ਸੋ ਤੁਹਾਡੀ ਸੰਗਤ ਹੈ ਨਹੀਂ ਸੀ, ਇਸ ਕਰਕੇ ਕਲਸ਼ ਜੋ ਅੱਜ ਲਿਆਂਦੇ ਗਏ ਅਕਸ਼ਤ, ਤੁਸੀਂ ਕ੍ਰਿਸ਼ਨ ਮੁੰਡੇ। ਹਾਂਜੀ ਕ੍ਰਿਸ਼ਨ। ਸੋ ਕੀ ਬੋਲੂਗੇ ਤੁਸੀਂ? ਹਾਂਜੀ, ਬਹੁਤ ਸਾਨੂੰ ਖੁਸ਼ੀ ਹੈ ਜੀ, ਸ਼੍ਰੀ ਰਾਮ ਚੰਦਰ ਭਗਵਾਨ ਦਾ ਮੰਦਰ ਬਣ ਰਿਹਾ 500 ਸਾਲ ਬਾਅਦ, ਉਹ ਆਪਣੇ ਮੰਦਰ ਮੇ ਵਿਰਾਜਿਤ ਹੋ ਰਹੀ ਹੈ ਜੀ। ਹਾਂਜੀ, ਨਹੀਂ ਤੋ ਅਬ ਤੱਕ ਤੋ ਫਿਰ ਟੈਂਟ ਮੇ ਹੀ ਥੇ ਵੋ ਵੀ, ਅਬ ਹਾਂ ਭਵਿਆ ਮੰਦਿਰ ਬਣ ਰਹਾ ਉਨਕਾ। ਹਾਂ, ਦੀਪਾਵਲੀ ਕੀ ਤਰ੍ਹਾਂ ਮਨਾਏਗੇ ਪੂਰਾ 22 ਜਨਵਰੀ ਕੋ, ਘਰ ਘਰ ਦੀਪ ਜਲਾ ਕੇ, ਸਭ ਕੋ ਬਹੁਤ ਉਤਸਾਹ ਹੈ ਜੀ। ਹਾਂ ਰਾਮ, ਜਿਵੇਂ ਆਪਾਂ ਹਰ ਸਾਲ ਦੀਵਾਲੀ ਮਨਾਉਂਦੇ ਹਾਂ, ਸੋ ਇਹ ਇੱਕ ਅਹਿਮ ਦੀਵਾਲੀ ਹੋਵੇਗੀ। ਬਿਲਕੁਲ ਜੀ, ਬਿਲਕੁਲ ਅਹਿਮ ਦੀਵਾਲੀ ਹੋਵੇਗੀ ਇਸ ਵਾਰ। ਹਾਂਜੀ, ਕਿਉਂਕਿ ਉਹ ਸਾਕਸ਼ਾਤ ਵਿਰਾਜਮਾਨ ਹੋ ਰਹੀ ਹੈ ਅਯੋਧਿਆ ਮੇ। ਹਾਂਜੀ, ਕਈ 100 ਸਾਲ ਲੱਗ ਗਏ ਜੋ ਅਯੋਧਿਆ ਦਾ ਮੰਦਰ ਬਣਨੇ ਦੇ ਵਿੱਚ, ਸੋ ਕਿੰਨੀ ਕੁ ਖੁਸ਼ੀ ਹੈ ਹੁਣ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਭ ਨੂੰ ਬਹੁਤ ਖੁਸ਼ੀ ਹੈ, ਬੱਚਾ ਬੱਚਾ ਖੁਸ਼ ਹੈ, ਸਭ ਨੂੰ ਪਤਾ ਹੈ ਕਿ 500 ਸਾਲ ਬਾਅਦ ਮੰਦਰ ਜੋ ਹੈ ਸਥਾਪਿਤ ਹੋ ਰਿਹਾ, ਰਾਮ ਭਗਵਾਨ ਵਹਾਂ ਵਿਰਾਜਮਾਨ ਹੋ ਰਹੇ ਹੈ, ਸਭ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਹਾਂਜੀ ਹਾਂਜੀ। ਸੋ ਇਹ ਅਯੋਧਿਆ ਕਦੋਂ ਜਾਓਗੇ ਤੁਸੀਂ? ਅਯੋਧਿਆ ਜਬ ਜਾਏਂਗੇ ਯਹਾਂ ਸੇ ਪੂਰੀ ਸਰਵ ਸੰਗਤ, ਹਾਂਜੀ, ਜਬ ਭਗਵਾਨ ਜੀ ਬੁਲਾਵਾ ਦੇਗੇ ਤੋ ਜਾਏਂਗੇ। ਟ੍ਰਿਪ ਕਰਕੇ ਵੀ ਆਏ ਅਸੀਂ, ਅਯੋਧਿਆ ਜੀ ਗਏ ਥੇ, 6 ਮਹੀਨੇ ਹੋਏ ਅਸੀਂ ਉੱਧਰ ਜਾ ਕੇ ਆਏ ਸਭ ਜਣੇ। ਹਾਂ, ਜਾ ਕੇ ਆਏ ਹਾਂ। ਜਿਹੜਾ ਹੁਣ ਜਾਣ ਦਾ ਮਤਲਬ ਕਿ ਨਜ਼ਾਰਾ ਜਾਵਾਂਗੇ, ਸਾਲ ਤਾਂ ਲੱਗੂਗਾ ਸਮਝ। ਹਾਂਜੀ ਹਾਂ, ਅਬ ਜ਼ਿਆਦਾ ਖੁਸ਼ੀ ਹੋਗੀ ਕਿ ਉਹ ਮੰਦਿਰ ਮੇ ਸਥਾਪਿਤ ਹੋ ਗਏ, ਅਬ ਜਾ ਕੇ ਦਰਸ਼ਨ ਪਾਏਂਗੇ। ਹਾਂਜੀ, ਅਬ ਜ਼ਿਆਦਾ ਰਾਮ ਜੀ ਅੱਛੇ ਦਰਸ਼ਨ ਕਰਕੇ ਸਾਡੇ ਕੋਲ ਆ ਰਹੇ ਨੇ, ਕਲਸ ਲੈ ਕੇ ਆਪਣੇ। ਬਹੁਤ ਬੜਾ ਇਹ ਹਮਾਰੇ ਲਈ, ਸਨਾਤਨ ਧਰਮ ਕੇ ਲਈ ਗਰਵ ਕੀ ਬਾਤ ਹੈ ਕਿ 500 ਸਾਲ ਬਾਅਦ ਜੋ ਹੈ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਚੰਦਰ ਭਗਵਾਨ ਦਾ। ਬਹੁਤ ਜ਼ਿਆਦਾ ਦੀਵਾਲੀ ਨਾ ਸਾਲ ਦੇ ਵਿੱਚ 2 ਵਾਰ ਆ ਰਹੀ ਮਨਾਉਣ ਲਈ, ਇੱਕ ਵਾਰੀ ਅਸੀਂ ਪਹਿਲਾਂ ਆਪਣੀ ਦੀਵਾਲੀ ਮਨਾਈ ਹੈ ਰਾਮ ਚੰਦਰ ਜੀ ਵਾਲੀ, ਔਰ ਦੂਸਰੀ ਵਾਰੀ ਹੁਣ ਅਸੀਂ 22 ਜਨਵਰੀ ਨੂੰ ਦੀਵਾਲੀ ਮਨਾਉਣੀ ਹੈ। ਹਾਂਜੀ, ਇਹ ਦੀਵਾਲੀ ਨੀ, ਇਹ ਦੀਵਾਲੀ ਤੋਂ ਵੀ ਉਹ ਖੁਸ਼ੀ ਹੈ, ਮਤਲਬ ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਵਾਪਸ ਆਉਣੇ ਵਾਸਤੇ ਹੁਣ ਮਨਾ ਰਹੇ ਆ ਉਹਨਾਂ ਨੂੰ ਮਹਿਲ ਦੇ ਵਿੱਚ ਸਾਨੂੰ ਆਸ ਹੈਗੀ ਹੈ ਵੀ ਸਾਡਾ ਜਿਹੜਾ ਖਾਟੂ ਸ਼ਾਮ ਜੀ ਦੀ ਸਥਾਪਨਾ ਹੈ ਸ਼ਾਇਦ ਬਸੰਤ ਪੰਚਮੀ ਤੱਕ ਪੂਰਨ ਹੋ ਜਾਓ। ਅਸੀਂ ਖਾਟੂ ਜੀ ਦੀ ਸਥਾਪਨਾ ਬਸੰਤ ਪੰਚਮੀ ਨੂੰ ਕਰ ਦੂੰਗੇ ਜੀ। ਸਾਡੀ ਤੁਹਾਡੇ ਅੱਗੇ ਤਮਾਨ ਸਾਹਿਬ
ਰਿਕੁਐਸਟ ਹੈ ਸਾਡੀ ਜਿਹੜੇ ਖਾਟੂ ਸਾਹਿਬ ਦਾ ਮੰਦਿਰ ਅਧੂਰਾ ਨਾ, ਇਹ ਥੋੜ੍ਹਾ ਜਿਹਾ ਸੰਗਤ 'ਚ ਫੈਲਾਓ ਕਿਉਂਕਿ ਸਾਨੂੰ ਸੇਵਾ ਵੱਧ ਤੋਂ ਵੱਧ ਮਿਲੇ। ਬਿਲਕੁਲ ਜੀ ਬਿਲਕੁਲ। ਔਰ ਤੁਹਾਡਾ ਜੀ ਪੂਰਾ ਹਾਰੇ ਕੀ ਜੈ, ਖਾਟੂ ਸ਼ਾਮ ਪਿਆਰੇ ਕੀ ਜੈ, ਦੀਨ ਬਾਣ ਧਾਰੀ ਕੀ ਜੈ। ਅਸੀਂ ਤਨਮਾ ਤਮਾਨ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਹੈ, ਸਾਡੀ ਇੱਕ ਬੋਲ ਤੇ ਤੁਸੀਂ ਸਾਡੇ ਕੋਲ ਆ ਜਾਂਦੇ ਹੋ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸਹੀ ਬਾਤ, ਗੱਲਾਂ ਨੂੰ ਇਹ ਸਾਰਾ ਡਿਸਟ੍ਰੀਬਿਊਟ ਕਰਦੇ ਆ, ਸਾਡਾ ਮਾਨ ਸਨਮਾਨ ਕਰਦੇ ਆ, ਸਾਡੇ ਆਪ ਸੰਗ ਰਹਿੰਦੇ ਆ, ਸਾਡੇ ਬਹੁਤ ਤਿਲੇ ਤਹਿਲੇ ਦਿਲ ਤੋਂ ਤੁਹਾਡਾ ਧੰਨਵਾਦ। ਦਿਲਾਂ ਵਿੱਚ ਵਸ ਗਿਆ ਸਨਮਾਨ। ਸੋ ਤੁਸੀਂ ਸੁਣੀ ਆ ਇਹ ਜਾਣਕਾਰੀ, ਜੋ ਅਯੋਧਿਆ ਤੋਂ ਅਕਸ਼ਿਤ ਆਏ ਨੇ ਅੱਜ ਇਹ ਲਾਲਾਂ ਵਾਲੇ ਪੀਰ ਦੇ ਜੋ ਖਾਟੂ ਸ਼ਾਮ ਮੰਦਰ ਦੇ ਵਿੱਚ ਲੈ ਕੇ ਆਏ ਹਾਂ। ਸੋ ਸਾਡੇ ਵੱਲੋਂ ਵੀ ਇਹ ਇੱਕ ਅਪੀਲ ਹੈ, ਜੋ ਖਾਟੂ ਸ਼ਾਮ ਦਾ ਮੰਦਰ ਬਣ ਰਿਹਾ ਹੈ ਲਾਲਾਂ ਵਾਲੇ ਪੀਰ 'ਤੇ ਵਾਰਡ ਨੰਬਰ 14 ਦੇ ਵਿੱਚ, ਸੋ ਇੱਥੇ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਸ਼ਰਧਾ ਭਾਵਨਾ ਦੇ ਨਾਲ, ਜੋ ਵੀ ਤਿਲ ਫੁੱਲ ਇੱਥੇ ਪਾ ਸਕਦਾ ਹੈ। ਸੋ ਇੱਥੇ ਜੋ ਲਾਲਾਂ ਵਾਲਾ ਪੀਰ ਹੈ ਵਾਰਡ ਨੰਬਰ 14 ਦੇ ਵਿੱਚ ਖਾਟੂ ਸ਼ਾਮ ਜੀ ਦਾ ਮੰਦਰ ਬਣ ਰਿਹਾ ਹੈ, ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦਾ ਹੈ। ਮੈਂ ਕਹਾਂ ਨਵੇਂ ਮਈਆ ਕਾ ਸਾਚੇ ਦਰਬਾਰ।